12 ਕੁ 13 ਦਿਨ ਪਹਿਲਾਂ ਇਹਨਾਂ ਨੇ ਇੱਥੇ ਇਹ ਬੰਨੀਆਂ ਸੀ ਰੱਸੀਆਂ, ਹੈ ਨਾ, ਇਹੀ ਰੱਸੀਆਂ ਆਪਣੇ ਬੰਨੀਆਂ ਹੁੰਦੀਆਂ, ਸੋਚੋ ਜ਼ਰਾ। ਔਰ ਤੁਹਾਨੂੰ ਬਾਹਰਲੀ ਵੀਡੀਓ ਵੀ ਪਾਉਣਾ, ਕੋਈ ਨਹੀਂ ਰੋਕਦਾ, ਲੋਕ ਖੁਦ ਹੀ ਇੰਨੇ ਕੁ ਸਮਝਦਾਰ ਆ। ਆਹ ਦੇਖੋ ਜੀ, ਆਹ ਵੀ ਦੇਖ ਲਓ ਜੀ, ਕਹਿੰਦੇ ਨਾ ਇੱਥੇ ਮੀਟ ਦੀ ਕਮੀ ਹੋ ਗਈ, ਇਹ ਦੇਖ ਲਓ ਤੁਸੀਂ। ਈਵਨ ਪੰਜਾਬੀ ਨਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਆ ਜਰਮਨ, ਲੇਕਿਨ ਜਰਮਨ ਤੋਂ ਪਹਿਲਾਂ ਆਪਾਂ ਭਾਰਤ ਦੀ ਗੱਲ ਕਰਦੇ ਹਾਂ। ਔਰ ਭਾਰਤ ਦੇ ਵਿੱਚ ਵੀ ਸਰਕਾਰਾਂ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਹੀਆਂ ਨੇ, ਚਾਹੇ ਉਹ ਪ੍ਰਦੇਸ਼ ਸਰਕਾਰਾਂ ਨੇ, ਚਾਹੇ ਸਾਡੀ ਕੇਂਦਰ ਦੀ ਸਰਕਾਰ ਹੈ, ਸਾਰੇ ਇਸ ਸਮੇਂ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਹੈ ਔਰ ਆਪਣੇ ਆਪਣੇ ਹਿਸਾਬ ਨਾਲ ਜਿੰਨੇ ਜੋਗੀ ਹੈ ਉਹ ਮਦਦ ਕਰਦੀ ਨਜ਼ਰ ਆ ਰਹੀ ਹੈ। ਲੇਕਿਨ ਹੁਣ ਇਸ ਐਪੀਸੋਡ ਦੇ ਵਿੱਚ ਗੱਲ ਕਰਦੇ ਹਾਂ ਕਿ ਜਰਮਨ ਦੀ ਸਰਕਾਰ ਉੱਥੇ ਦੀ ਆਵਾਮ ਵਾਸਤੇ ਕੀ ਕਰ ਰਹੀ ਹੈ, ਕਿ ਉਹਨਾਂ ਨੂੰ ਮਤਲਬ ਜਿਹੜੇ ਲੋਕ ਜੌਬ 'ਤੇ ਜਾਂਦੇ ਨੇ ਉਹਨਾਂ ਨੂੰ ਘਰ ਬੈਠਿਆਂ ਨੂੰ, ਮਤਲਬ ਕਿਉਂਕਿ ਕੰਮ ਕਾਰ ਠੱਪ ਹੋਣ ਕਰਕੇ ਉਹਨਾਂ ਨੂੰ ਘਰ ਬਹਿਣਾ ਪੈ ਰਿਹਾ, ਔਰ ਕੀ ਉਹਨਾਂ ਨੂੰ ਘਰ ਬੈਠਿਆਂ ਨੂੰ ਕੁਛ ਨਾ ਕੁਛ ਮਤਲਬ ਭੇਜ ਰਹੀ ਹੈ, ਪੈਸੇ ਦੇ ਰਹੀ ਹੈ, ਜਾਂ ਉਹ ਵੀ ਪ੍ਰੋਬਲਮ ਫੇਸ ਕਰਦੇ ਨਜ਼ਰ ਆ ਰਹੇ ਨੇ। ਮੇਰੇ ਨਾਲ ਜਰਮਨ ਦੀ ਲੈਪਸੀਗ ਸਟੇਟ ਤੋਂ ਜੁੜ ਚੁੱਕੇ ਨੇ ਮਿਸਟਰ ਰਵੀ ਕੁਮਾਰ ਜੀ। ਰਵੀ ਕੁਮਾਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜਰਮਨ ਦਾ? ਬਿਲਕੁਲ ਠੀਕ ਹੈ ਜੀ। ਔਰ ਜਿਵੇਂ ਭਾਰਤ ਦੇ ਵਿੱਚ ਲੌਕਡਾਊਨ ਹੋ ਚੁੱਕਾ ਹੈ, ਲੌਕਡਾਊਨ ਤਕਰੀਬਨ 14 ਅਪ੍ਰੈਲ ਤੱਕ ਜਾਰੀ ਹੈ, ਕੀ ਜਰਮਨ ਦੀ ਕੀ ਪੋਜੀਸ਼ਨ ਹੈ ਇਸ ਦੇ ਮੁਕਾਬਲੇ? ਜਰਮਨ ਦਾ ਜੀ 19 ਤੱਕ ਰਹਿਣਾ ਵਾ, 22 ਤੋਂ ਹੋਇਆ ਵਾ ਜੀ। ਹਾਂਜੀ, ਹਜੇ ਤੱਕ ਤਾਂ 19 ਤੱਕ ਰੱਖਿਆ ਵਾ, ਉਸ ਤੋਂ ਗਾਂ ਫਿਰ ਦੱਸਣਗੇ ਨਾ। ਮਤਲਬ ਉਸ ਤੋਂ ਬਾਅਦ ਵੱਧ ਵੀ ਸਕਦਾ ਇਹ? ਹਾਂਜੀ, ਹਜੇ ਤੱਕ ਜਿੱਦਾਂ ਆਪਾਂ ਕਹਿ ਨਹੀਂ ਦੇਈਦਾ, ਆਪਣੇ ਵੀ ਹਜੇ ਨੋਰਮਲੀ ਆ, ਪਤਾ ਨਹੀਂ ਗਾਂ ਵਧਣਾ ਕਿ ਨਹੀਂ। ਇੱਥੇ 19 ਤੱਕ ਸਭ ਕੁਛ ਬੰਦ ਰੱਖਿਆ ਵਾ, ਉਸ ਤੋਂ ਬਾਅਦ ਦੱਸਣਗੇ। ਲੇਕਿਨ ਬੰਦ ਦੇ ਵਿੱਚ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਰਵੀ ਜੀ। ਨਹੀਂ ਜੀ, ਸਾਨੂੰ ਤਾਂ ਇੱਥੇ ਰਹਿ ਰਹੇ ਹਾਂ, ਕੋਈ ਨਹੀਂ ਆਈ। ਮਸਲਨ ਕੁਛ ਉਦਾਹਰਣ ਦਿਓ। ਉਦਾਹਰਨ ਜਿਸ ਤਰ੍ਹਾਂ ਜਿੱਦਾਂ ਨੋਰਮਲ ਇੱਥੇ ਨਾ ਜਿੱਦਾਂ 10-11 ਤਰੀਕ ਤੋਂ ਨਾ ਸ਼ੁਰੂ ਹੋ ਗਿਆ ਸੀ ਬੰਦ ਦਾ, ਮਤਲਬ ਪਹਿਲਾਂ ਹੀ 10-12 ਦਿਨ ਨਾ ਹੋ ਗਿਆ ਸੀ ਵੀ ਬੰਦ ਹੋ ਜਾਣਾ ਸਾਨੂੰ ਪਤਾ ਸੀ ਨੋਰਮਲ, ਪਰ ਕਿਸੇ ਨੇ ਕੋਈ ਇੱਥੇ ਕਾਲੀ ਨਹੀਂ ਕੀਤੀ, ਸਾਰਿਆਂ ਨੂੰ ਸਰਕਾਰਾਂ ਤੇ ਇੰਨਾ ਯਕੀਨ ਆ ਨਾ। ਮੈਂ ਖੁਦ ਇੱਥੇ ਰਹਿੰਦਾ ਵਾ, 10 ਸਾਲ ਤੋਂ ਰਹਿ ਰਿਹਾ ਵਾ, ਵੀ ਕਿਸੇ ਨੇ ਕੋਈ ਆਪਣੇ ਘਰੇ ਸਮਾਨ ਨੀ ਜਮਾ ਕੀਤਾ, ਕੁਛ ਨੀ ਕੀਤਾ, ਕਿਉਂਕਿ ਸਾਨੂੰ ਪਤਾ ਵਾ ਇੱਥੇ ਬਿਲਕੁਲ ਬੰਦ ਦਾ ਮਤਲਬ ਵੀ ਉਹਨਾਂ ਨੇ ਕਲੀਅਰ ਆ ਕੇ ਤੁਹਾਨੂੰ ਦੱਸਣਾ ਹੁੰਦਾ, ਬਿਲਕੁਲ ਬੰਦ। ਲੌਕਡਾਊਨ ਦਾ ਮਤਲਬ ਇਹਨਾਂ ਨੇ ਦੱਸਤਾ ਵੀ ਸਮਾਨ ਜੇ ਆਹ ਦੁਕਾਨਾਂ ਖੁੱਲੀਆਂ ਵਾ ਨਾ ਨੋਰਮਲ ਰਹਿਣਾ, ਤਾਂ ਪਤਾ ਨੋਰਮਲ ਹੀ ਰਹਿਣਾ ਵਾ ਜੀ। ਤੇ ਰਹੀ ਗੱਲ ਪੈਸੇ ਦੀ, ਮੈਂ ਇਸ ਟਾਈਮ ਫ੍ਰੀ ਹਾਂ,
ਕੰਮ ਨਹੀਂ ਕਰ ਰਿਹਾ ਨਾ ਜੀ, ਮੇਰੇ ਇਸ ਪਹਿਲੀ ਤਰੀਕ ਨੂੰ 400 ਯੂਰੋ ਮੇਰੇ ਅਕਾਊਂਟ ਵਿੱਚ ਆ ਗਿਆ, ਮੇਰੇ ਘਰ ਦਾ ਕਿਰਾਇਆ, ਬਿਜਲੀ ਪਾਣੀ ਸਾਰਾ ਕੁਛ ਸਰਕਾਰ ਵੱਲੋਂ। ਮਤਲਬ ਸਰਕਾਰ ਵੱਲੋਂ ਤੁਹਾਨੂੰ 400 ਯੂਰੋ ਆ ਚੁੱਕਾ ਹੈ ਹੁਣ ਤੱਕ? ਹੁਣ ਤੱਕ ਆ ਚੁੱਕਾ ਹੈ, ਇਹ ਕੱਲਾ ਹੁਣ ਤੱਕ ਨਹੀਂ ਆਇਆ ਮੈਨੂੰ, ਮੈਂ 6 ਮਹੀਨੇ ਤੋਂ ਫ੍ਰੀ ਹਾਂ। ਮੈਂ ਲਿਖ ਕੇ ਦਿੱਤਾ ਹੋਇਆ ਨਾ, ਇੱਥੇ ਜਿੱਦਾਂ ਜੋਬ ਸੈਂਟਰ ਹੁੰਦੇ ਆ ਉੱਥੇ ਤੁਸੀਂ ਲਿਖ ਕੇ ਦੇ ਦਿੰਦੇ, ਮੈਂ ਕੰਮ ਨਹੀਂ ਕਰ ਰਿਹਾ ਨਾ ਅਜੇ, ਤੁਹਾਨੂੰ ਨੋਰਮਲੀ ਆਉਂਦੇ ਆ। ਔਰ ਮੇਰਾ ਵੱਡਾ ਬ੍ਰਦਰ ਆ ਇੱਥੇ 20-22 ਸਾਲ ਤੋਂ ਰਹਿ ਰਿਹਾ, ਉਹ ਕੰਮ ਕਰ ਰਿਹਾ ਨਾ ਜੀ। ਅੱਛਾ ਰਵੀ ਕੁਮਾਰ ਜੀ, ਬਹੁਤ ਸਾਰੇ ਲੋਕ ਹੈ ਜਿਹੜੇ ਕਿ ਕੱਚੀ ਜੋਬ ਕਰਦੇ ਨੇ, ਮਤਲਬ ਉਹਨਾਂ ਨੂੰ ਪਰਮਾਨੈਂਟ ਨਹੀਂ ਕੀਤਾ ਜਾ ਰਿਹਾ ਇੱਧਰ, ਲੇਕਿਨ ਉਹਨਾਂ ਦੇ ਵਾਸਤੇ ਵੀ ਸਰਕਾਰ ਕੁਛ ਕਰ ਰਹੀ ਹੈ ਜਾਂ ਉਹਨਾਂ ਵਾਸਤੇ ਨਹੀਂ ਕਰ ਰਹੀ? ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ, ਜਿਹੜਾ ਜਿਸ ਬੰਦੇ ਦੀ ਇਨਕਮ 1200 ਯੂਰੋ ਜਾਂ 1300 ਯੂਰੋ ਆ ਨਾ ਜੀ, ਉਸ ਨੂੰ ਉਸੇ ਹਿਸਾਬ ਨਾਲ ਉਹਦੇ ਅਕਾਊਂਟ ਦੇ ਵਿੱਚ ਉਨੇ ਪੈਸੇ ਹੀ ਆਉਣੇ ਆ। ਮਤਲਬ ਜਿਹੜਾ ਪੈਸੇ ਦੇਣ ਦਾ ਸਰਕਾਰ ਦਾ ਹਿਸਾਬ ਕਿਤਾਬ ਹੈ, ਭਾਵੇਂ ਉਹ ਪੱਕਾ ਆ ਭਾਵੇਂ ਕੱਚਾ, ਸਭ ਲਈ ਬਰਾਬਰ ਹੈ, ਸਭ ਲਈ ਬਰਾਬਰ ਹੈ। ਔਰ ਜਿਹੜਾ ਬੰਦਾ ਜਿੱਦਾਂ ਕਹਿੰਦੇ ਜੋਬ ਲੈਸ ਹੈ ਨਾ, ਨਹੀਂ ਕੰਮ ਕਰ ਰਿਹਾ, ਔਰ ਮੈਂ ਉਹਨਾਂ ਵਿੱਚ ਆ ਰਿਹਾ ਮੈਂ 6 ਮਹੀਨੇ ਤੋਂ ਨਾ, ਮੈਂ ਜੋਬ ਲੈਸ ਹਾਂ, ਮੇਰੀ ਕੋਰੋਨਾ ਵਾਇਰਸ ਦਾ ਰੌਲਾ ਪਿਆ ਨਹੀਂ ਪਿਆ, ਮੇਰੀ ਵੈਸੇ ਵੀ ਇਨਕਮ ਇੰਨੀ ਸੀਗੀ, ਮਤਲਬ ਕਿ ਨਾ ਮੇਰੇ ਆ ਹੀ ਰਹੇ ਸੀ ਅਕਾਊਂਟ ਚ। ਮੇਰਾ ਬ੍ਰਦਰ ਆ, ਉਹਦੀ 1200-1300 ਇਨਕਮ ਜਿੱਦਾਂ ਇਹਦੇ ਕਰੀਬ ਹੁੰਦੀ ਆ ਮਹੀਨੇ ਦੀ ਨਾ ਜੀ, ਉਹ ਹੁਣ ਜਿੱਦਾਂ ਦਾ ਇਹ ਹੋਇਆ ਵਾ 10-11 ਤਰੀਕ ਤੋਂ ਘਰੇ ਬੈਠਾ, ਇਸ ਪਹਿਲੀ ਤਰੀਕ ਨੂੰ ਉਹਦੇ ਅਕਾਊਂਟ ਚ ਵੀ 1300 ਕੁਛ ਯੂਰੋ ਆ ਗਏ। ਮਤਲਬ ਵਾਕਿਆ ਹੀ ਅੱਛਾ। ਇਸ ਤੋਂ ਇਲਾਵਾ ਐਰੋ, ਜਦੋਂ ਤੁਹਾਡੇ ਅਕਾਊਂਟਸ ਦੇ ਵਿੱਚ ਪੈਸੇ ਆ ਗਏ ਤੇ ਉਸ ਤੋਂ ਬਾਅਦ ਬਾਜ਼ਾਰ ਜਾਂਦੇ ਹੋ ਜਾਂ ਤੁਹਾਨੂੰ ਵੀ ਜਿਹੜਾ ਸਮਾਨ ਹੈ ਖਾਣ ਪੀਣ ਦਾ ਹੈ ਉਹ ਘਰ ਹੀ ਪ੍ਰੋਵਾਈਡ ਕਰਦੇ ਨੇ ਜਾਂ ਤੁਹਾਨੂੰ ਖਰੀਦਣਾ ਪੈਂਦਾ ਫਿਰ? ਨਹੀਂ, ਮੈਂ ਹੁਣ ਵੀ ਤੁਹਾਡੇ ਨਾਲ ਗੱਲ ਕਰਦਾ, ਬਾਹਰ ਹੀ ਆਇਆ ਵਾਂ, ਔਰ ਮੈਂ ਤੁਹਾਨੂੰ ਨਾ ਹੁਣ ਵੀਡੀਓ ਕਾਲ ਨਹੀਂ ਹੋ ਸਕਦੀ, ਮੈਂ ਤੁਹਾਨੂੰ ਵੈਸੇ ਵੀਡੀਓ ਪਾਉਂਗਾ। ਤੁਸੀਂ ਦੇਖਿਓ ਇੱਥੇ ਇਸ ਤਰ੍ਹਾਂ ਨਹੀਂ ਵੀ ਕੋਈ ਪੁਲਿਸ ਰੋਕ ਰਹੀ ਆ, ਕੁਛ ਨਹੀਂ। ਸਰਕਾਰ ਨੇ ਇੱਕ ਵਾਰੀ ਤੁਹਾਨੂੰ ਕਰਤਾ ਅਲਾਉਂਸ ਵੀ, ਲੋਕਡਾਊਨ ਆ, ਇਹਦਾ ਮਤਲਬ ਲੋਕੀ ਆਪਣੇ ਆਪ ਹੀ ਪਰਹੇਜ਼ ਰੱਖ ਰਹੇ ਆ। ਜਿਸ ਨੂੰ ਜ਼ਰੂਰਤ ਆ ਉਹ ਬਾਹਰ ਜਾਂਦਾ ਵਾ, ਸਾਰਾ ਸਮਾਨ ਖੁੱਲਾ ਵਾ ਆਪਣਾ ਖਰੀਦਦਾ ਵਾ, ਦੂਜੇ ਦੇ ਘਰੇ ਆ ਜਾਂਦਾ ਵਾ, ਸਾਨੂੰ ਪਤਾ ਕੁਛ ਨਹੀਂ ਬੰਦ ਇੱਥੇ, ਸਭ ਕੁਛ ਮਿਲਦਾ ਸਾਨੂੰ। ਲੇਕਿਨ ਰਵੀ ਕੁਮਾਰ ਜੀ, ਜੇ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰੀਏ ਤੇ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਕੁਛ ਮਿਲੇ ਆ ਇੱਥੋਂ ਜਰਮਨ ਚੋਂ? ਹਾਂਜੀ, ਕਿੰਨੇ ਕੁ ਮਿਲੇ ਨੇ? ਮੇਰੇ ਖਿਆਲ ਨਾਲ ਜੀ 500 ਤੋਂ ਉੱਪਰ ਟੱਪ ਗਏ ਆ। ਮੈਂ ਕੱਲ ਕੋਈ ਖਬਰ ਨਹੀਂ ਦੇਖੀ, ਪਰਸੋਂ ਤੱਕ ਮੈਂ ਦੇਖਦਾ ਪਿਆ ਸੀ, ਆਪਣੇ ਇੰਡੀਆ ਨਾਲੋਂ ਜ਼ਿਆਦਾ ਵਾ ਇੱਥੇ। ਲੇਕਿਨ ਉਸ ਦੇ ਬਾਵਜੂਦ ਵੀ ਮਤਲਬ ਇਹ ਸਾਰਾ ਕੁਛ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ? ਹਾਂਜੀ ਬਿਲਕੁਲ ਜੀ, ਸਾਨੂੰ ਇਹ ਵੀ, ਮੈਂ ਅੱਜ ਗਿਆ ਵਾ, ਮੈਂ ਹੁਣ ਆਪਣੇ ਕੱਲ ਤੱਕ ਦਾ ਸਮਾਨ ਲੈ ਕੇ ਆਉਣਾ ਵਾ, ਪਰਸੋਂ ਤੱਕ ਦਾ ਨਹੀਂ ਲੈ ਕੇ ਆਉਣਾ। ਮੈਨੂੰ ਪਤਾ ਬਾਈ ਚਾਂਸ ਜੇ ਸਭ ਕੁਛ ਬੰਦ ਵੀ ਹੋਇਆ ਤਾਂ ਮੇਰੇ ਘਰੇ ਇਹਨਾਂ ਨੇ ਸਮਾਨ ਦੇ ਕੇ ਜਾਣਾ ਵਾ। ਅੱਛਾ, ਪ੍ਰਸ਼ਾਸਨ ਵੱਲੋਂ ਕੋਈ ਡਿਸਟੈਂਸ ਵੀ ਇੱਥੇ ਮਤਲਬ ਨਿਰਧਾਰਿਤ ਕੀਤਾ ਹੋਇਆ ਕਿ ਇੰਨੀ ਇੰਨੀ ਦੂਰੀ ਤੋਂ ਇੱਕ ਦੂਜੇ ਨੂੰ ਰਹਿਣਾ ਚਾਹੀਦਾ, ਇੱਕ ਦੂਜੇ ਦੇ ਵਿੱਚ ਇੰਨਾ ਡਿਸਟੈਂਸ ਹੋਣਾ ਚਾਹੀਦਾ? ਹਾਂਜੀ ਬਿਲਕੁਲ ਜੀ, ਇੱਥੇ ਹੁਣ ਜਿਸ ਦਿਨ ਦਾ ਤੁਹਾਨੂੰ ਦੱਸਿਆ 22 ਤਰੀਕ ਦਾ ਬਿਲਕੁਲ ਲੋਕਡਾਊਨ ਹੋਇਆ ਵਾ, ਔਰ ਲੋਕੀ ਆਪਣੇ ਘਰੇ ਅੰਦਰ ਰਹਿੰਦੇ ਆ, ਬਾਹਰ ਸਿਰਫ ਕੋਈ, ਮੈਂ ਹੁਣ ਤੁਹਾਨੂੰ ਦੱਸਿਆ ਵੀ ਪ੍ਰੋਬਲਮ ਇਹ ਆ, ਵੀਡੀਓ ਇਸ ਟਾਈਮ ਸਿੱਧੀ ਨਹੀਂ ਦਿਖਾ ਸਕਦਾ, ਬਾਅਦ ਚ ਪਾ ਦਿੰਦਾ ਵੀ ਤੁਹਾਨੂੰ ਖੁਦ ਦਿਖਾ ਦੂੰਗਾ, ਇੱਥੇ ਮੈਂ ਸਮਾਨ ਖਰੀਦਣ ਆਇਆ ਵਾ, ਵੱਧ ਤੋਂ ਵੱਧ 4 ਜਾਂ 5 ਲੋਕ ਆ। ਅੱਛਾ ਰਵੀ ਜੀ, ਜਿਹੜੇ ਇਹ ਮਤਲਬ ਸਰਕਾਰ ਦੇ ਰੂਲਸ ਨੇ, ਰੈਗੂਲੇਸ਼ਨ ਨੇ ਇੱਥੇ ਦੇ ਜਰਮਨ ਦੇ, ਕੀ ਲੋਕ ਹੀ ਇੰਨੇ ਸੁਚੇਤ ਨੇ ਕਿ ਆਪਣੇ ਆਪ ਫੋਲੋ ਕਰ ਰਹੇ ਆ, ਜਾਂ ਇੱਥੇ ਦੀ ਜਿਹੜੀ ਪੁਲਿਸ ਹੈ ਉਹ ਡੰਡਾ ਪਰੇਡ ਦਿਖਾ ਕੇ, ਡੰਡੇ ਪਰੇਡ ਦੇ ਨਾਲ ਲੋਕਾਂ ਕੋਲੋਂ ਜ਼ਬਰਦਸਤੀ ਰੂਲ ਫੋਲੋ ਕਰਵਾ ਰਹੇ ਨੇ? ਇੱਥੇ ਉਨੇ ਪਾਸੇ ਹੀ
ਬਰਾਬਰ ਆ ਜੇ ਆਪਾਂ ਸਰਕਾਰ ਦਾ ਕਸੂਰ, ਹੁਣ ਮੈਂ ਇੱਥੇ ਬੈਠਾ ਨਾ ਬੈਠਾ, ਹਰ ਕੋਈ ਬੰਦਾ ਜਿਹੜਾ ਮਰਜ਼ੀ ਆ ਜਿੱਥੇ ਮਰਜ਼ੀ, ਕੋਈ ਜਰਮਨ ਆ, ਕਨੇਡਾ, ਅਮੈਰੀਕਾ, ਜਿੱਥੇ ਮਰਜ਼ੀ ਆ, ਹਰ ਕੋਈ ਆਪਣੇ ਮੁਲਕ ਵੱਲ ਦੇਖਦਾ ਵਾ ਜੀ। ਮੈਂ ਵੀ ਆਪਣੇ ਮੁਲਕ ਵੱਲ ਦੇਖਦਾ, ਸੋਚਦਾ ਵਾ ਇੱਥੇ ਕੀ ਫਰਕ ਆ, ਉੱਥੇ ਕਾਹਤੋਂ ਅਸੀਂ ਉਹਨੂੰ ਛੱਡ ਕੇ ਇੱਥੇ ਕਾਹਤੋਂ ਰਹਿਣ ਆਏ ਆ। ਇੱਥੇ ਜੇ ਆਪਾਂ ਨਾ ਇੱਕ ਪਾਸੇ ਤੇ ਸਰਕਾਰ ਦੀ ਗੱਲ ਕਰਦੇ ਆ, ਠੀਕ ਆ, ਸਰਕਾਰ ਦਾ ਵਾ, ਇੱਥੇ ਆਪਣੇ ਲੋਕਾਂ ਚ ਵੀ ਫਰਕ ਆ। ਜਿਸ ਤਰ੍ਹਾਂ ਜਿੱਦਾਂ ਆਪਣੇ ਨਾ ਘਰ ਦੇ ਵਿੱਚ ਜੇਕਰ ਕਿਸੇ ਦੇ ਸਮਾਨ ਨੇਗਾ, ਉਹ ਤਾਂ ਬਾਹਰ ਨਿਕਲੂਗਾ ਨਿਕਲੂਗਾ, ਔਰ ਜਿਹਦੇ ਘਰ ਦੇ ਵਿੱਚ, ਜਿਹਦੇ ਘਰ ਦੇ ਵਿੱਚ ਸਮਾਨ ਹੈ ਵੀ 5-7 ਦਿਨ ਦਾ ਪਿਆ, ਤੁਸੀਂ ਦੇਖਿਆ ਹੋਣਾ ਵੀਡੀਓ ਵੀ ਆਈਆਂ ਵਾ, ਉਹ ਵੀ ਬਾਹਰ ਲੈਣ ਜਾਂਦਾ ਜੀ, ਉਹਨੂੰ ਫਿਕਰ ਆ, ਕਿਉਂਕਿ ਤੁਹਾਨੂੰ ਪਤਾ ਇਹ ਬਿਮਾਰੀ ਇੱਦਾਂ ਦੀ ਆ, ਬੰਦੇ ਨੂੰ ਆਪਣਾ ਫਿਕਰ ਨਾ ਹੋਊ, ਆਪਣੇ ਬੱਚਿਆਂ ਦਾ ਘਰਦਿਆਂ ਦਾ ਫਿਕਰ ਹੁੰਦਾ ਵਾ ਜੀ। ਪਰ ਆਪਣੇ ਸਭ ਤੋਂ ਵੱਡਾ ਫਿਕਰ ਇਹ ਕਰਦੇ ਆ ਵੀ ਜੇ 5 ਦਿਨ ਬਾਅਦ ਮੇਰਾ ਸਮਾਨ ਮੁੱਕ ਗਿਆ ਫਿਰ ਕਿੱਥੋਂ ਆਉਣਾ। ਬਿਲਕੁਲ, ਮੈਂ ਤੁਹਾਨੂੰ ਦੱਸਿਆ, ਮੈਂ ਖੁਦ, ਮੇਰੇ ਨਾਲ ਬੀਤ ਰਹੀ ਆ ਇਸ ਟਾਈਮ ਤੁਹਾਡੇ ਨਾਲ ਗੱਲ ਕਰਦੇ ਆ, ਮੈਂ ਘਰੋਂ ਬਾਹਰ ਆ ਸਮਾਨ ਲੈਣ ਆਇਆ, ਔਰ ਮੈਂ ਕੱਲ ਤੱਕ ਲੈਣਾ ਬਸ ਜੀ। ਔਰ ਆਪਣੇ ਕੀ ਕਰਦੇ ਆ, ਜਿਹਦੇ ਹੈਨੀ ਉਹ ਵੀ ਬਾਹਰ ਆ, ਔਰ ਜਿਹਦੇ ਘਰੇ 5-10 ਦਿਨ ਦਾ ਪਿਆ ਵਾ ਉਹ ਵੀ ਬਾਹਰ ਆ। ਬਿਲਕੁਲ, ਪਰ ਰਵੀ ਜੀ ਗੱਲ ਕਰੀਏ ਕਿ ਤੁਹਾਡੇ ਵੀ ਇੱਧਰ ਪੁਲਿਸ ਜੇ ਰੂਲ ਕੋਈ ਤੋੜਦਾ ਹੈ, ਜਿਵੇਂ ਇਹਨਾਂ ਦਿਨਾਂ ਦੇ ਵਿੱਚ ਕੋਈ ਬਾਹਰ ਘੁੰਮਦਾ ਫਿਰਦਾ ਨਜ਼ਰ ਆ ਗਿਆ ਤੇ ਉਹਨਾਂ ਦੀ ਛਿੱਤਰ ਪਰੇਡ ਹੁੰਦੀ ਹੈ, ਡੰਡਾ ਪਰੇਡ ਹੁੰਦੀ ਹੈ, ਜਿਵੇਂ ਪੰਜਾਬ ਪੁਲਿਸ ਦੀਆਂ ਵੀ ਫੋਟੋ ਤੁਸੀਂ ਵੀਡੀਓ ਵਾਇਰਲ ਹੁੰਦੀਆਂ ਵੇਖੀਆਂ ਹੋਣਗੀਆਂ। ਨਹੀਂ ਸਰ ਜੀ, ਬਿਲਕੁਲ ਨੀ, ਮੈਂ ਤੁਹਾਨੂੰ ਖੁਦ ਦੱਸ ਰਿਹਾ, ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ, ਕਿਸੇ ਦਾ ਨੀ, ਠੀਕ ਹੈ। ਅਜੇ ਤੱਕ ਮੈਨੂੰ ਇੱਥੇ ਕੋਈ, ਜਿਸ ਇਲਾਕੇ ਚ ਮੈਂ ਰਹਿੰਦਾ ਨਾ, ਸ਼ਹਿਰ ਦੀ ਇੱਕ ਸਾਈਡ ਤੇ ਰਹਿੰਦਾ, ਹਜੇ ਤੱਕ ਜਿਸ ਦੇ ਕੋਈ 22 ਤੋਂ ਲਾ ਲਓ, ਅੱਜ ਕਿੰਨੇ ਦਿਨ ਹੋ ਗਏ ਆ, ਮੈਨੂੰ ਇੱਕ ਵੀ ਪੁਲਿਸ ਵਾਲਾ ਨੀ ਦਿਸਿਆ ਜੀ। ਲੋਕੀ ਆਪਣੇ ਆਪ ਹੀ ਕਰਦੇ ਆ ਜੀ, ਮਤਲਬ ਰੂਲ ਆਪਣੇ ਆਪ ਹੀ ਫੋਲੋ ਕਰਦੇ ਹੋ ਸਾਰੇ। ਪੁਲਿਸ ਨੇ ਡੰਡੇ ਨਾਲ ਕੀ ਕਰਵਾਉਣਾ, ਮੈਂ ਪੁਲਿਸ ਨੀ ਦੇਖੀ ਉਸ ਦਿਨ ਦੀ। ਕੀ ਬਾਤ ਹੈ, ਅੱਗੇ ਤਾਂ ਫਿਰ ਵੀ ਗੱਡੀ ਚ ਕੋਈ ਗੇੜਿਆ ਲਾਉਂਦਾ ਨਾ ਪੁਲਿਸ ਵਾਲਾ, ਦੂਜੇ ਚੌਥੇ ਦਿਨ ਦਿਸ ਜਾਂਦਾ ਸੀ ਕਦੀ ਬਾਹਰ ਨਿਕਲਦੇ ਆ। ਆ 12-14 ਦਿਨ ਹੋ ਗਏ ਕੋਈ ਪੁਲਿਸ ਵਾਲਾ ਵੈਸੇ ਹੀ ਨੀ ਦੇਖਿਆ ਮੈਂ। ਰਵੀ ਜੀ ਮੇਰੇ, ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਥਾਂ ਥਾਂ ਨਾਕੇ ਲੱਗੇ ਹੋਏ ਨੇ, ਲੇਕਿਨ ਉਸ ਦੇ ਬਾਵਜੂਦ ਵੀ ਲੋਕ ਜਿਹੜੇ ਹੈ ਉਹ ਘਰਾਂ ਚੋਂ ਬਾਹਰ ਨਿਕਲ ਰਹੇ ਨੇ। ਹਾਂ, ਮੈਂ ਤੁਹਾਨੂੰ ਦੱਸ ਰਿਹਾ ਇਹੀ ਗੱਲ ਤੁਹਾਡੇ ਨਾਲ ਕਰ ਰਿਹਾ ਵੀ ਜਿਸ ਦੇ ਘਰੇ ਹੈ ਨੀ ਨਾ ਉਹ ਵੀ ਨਿਕਲ ਰਹੇ, ਠੀਕ ਹੈ, ਔਰ ਜਿਸ ਦੇ ਘਰੇ ਹੈਗਾ ਵਾ ਉਹ ਵੀ ਨਿਕਲ ਰਿਹਾ ਹੈ। ਲੋਕਾਂ ਨੂੰ ਬੇਯਕੀਨੀ ਆ ਸਰਕਾਰ ਤੇ ਜੀ। ਰਵੀ ਜੀ ਤੁਸੀਂ ਜਰਮਨ ਰਹਿ ਰਹੇ ਹੋ, ਪੰਜਾਬ ਦੇ ਲੋਕਾਂ ਨੂੰ, ਆਪਣੇ ਲੋਕਾਂ ਨੂੰ, ਕਿਉਂਕਿ ਆਪਾਂ ਵੀ ਇੱਥੋਂ ਹੀ ਗੁਜ਼ਰੇ ਹਾਂ, ਇੱਥੋਂ ਹੀ ਗਏ ਹਾਂ, ਪੰਜਾਬ ਦੇ ਲੋਕਾਂ ਨੂੰ ਕੋਈ ਸੰਦੇਸ਼, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਤੁਹਾਨੂੰ ਦੱਸਿਆ ਵੀ ਮੈਂ ਸੰਦੇਸ਼ ਆਪਣੇ ਲੋਕਾਂ ਨੂੰ ਕੀ ਦੇਵਾਂ, ਮੇਰੀ ਖੁਦ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਵੀ ਆਪਣੇ ਦੋਨੇ ਪਾਸੇ ਫੋਲਟ ਆ। ਜੇ ਆਪਾਂ ਆਵਾਮ ਨੂੰ ਕਹਿ ਦਿੰਦੇ ਹਾਂ, ਲੋਕਾਂ ਨੂੰ, ਆਪਣੇ ਨੂੰ ਕਹਿ ਦਿੰਦੇ ਹਾਂ ਤੁਸੀਂ ਸਰਕਾਰ ਤੇ ਯਕੀਨ ਕਰੋ, ਸਰਕਾਰ ਉਹ ਕੰਮ ਨੀ ਕਰਦੀ ਜੀ। ਸਰ ਮੈਂ ਆਪਣੇ ਲੋਕਾਂ ਨੂੰ, ਮੈਂ ਚਲੋ ਮੇਰੇ ਘਰ ਦੇ ਹੀ ਆ, ਮੈਂ ਆਪਣੀ ਫੈਮਿਲੀ ਨੂੰ ਕਿੱਦਾਂ ਕਹਾਂ ਵੀ ਤੁਸੀਂ ਬਾਹਰ ਨਾ ਨਿਕਲੋ, ਸਰਕਾਰ ਤੇ ਯਕੀਨ ਰੱਖੋ। ਮੈਨੂੰ ਪਤਾ ਕੱਲ ਨੂੰ ਉੱਥੇ ਸਮਾਨ ਮੁੱਕ ਗਿਆ, ਸਰਕਾਰ ਨੇ ਦੇਣ ਨੀ ਆਉਣਾ, ਪਹੁੰਚਣਾ ਨੀ। ਮਤਲਬ ਤੁਹਾਨੂੰ ਅਜੇ ਇੱਥੇ ਬੈਠਿਆਂ ਨੂੰ ਵੀ ਪੰਜਾਬ ਸਰਕਾਰ ਔਰ ਪੰਜਾਬ ਦੀ ਪੁਲਿਸ ਤੇ ਯਕੀਨ ਨਹੀਂ ਗਾ? ਨਹੀਂ, ਦੇਖੋ ਜੀ ਵੀਡੀਓ ਬੜੀਆਂ ਆ ਰਹੀਆਂ ਵਾ ਵੀ ਬੜੀ ਹੈਲਪ ਕਰ ਰਹੇ ਆ, ਠੀਕ ਆ, ਮੈਂ ਨੀ ਕਹਿ ਰਿਹਾ ਨਹੀਂ ਕਰ ਰਹੇ ਜੀ, ਓਕੇ, ਪਰ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਆ, ਸਾਰੇ ਪੰਜਾਬ ਦੇ ਲੋਕ ਸਮਝਦੇ ਆ ਵੀ ਪਤਾ ਕੋਈ ਨੀਗਾ ਨਹੀਂ, ਪਰ ਕਿੱਥੇ ਤੱਕ ਮਦਦ ਪਹੁੰਚ ਰਹੀ ਆ। ਪਰ ਕੈਪਟਨ ਸਾਹਿਬ ਤਾਂ ਪੂਰੀ ਸ਼ਿੱਦਤ ਦੇ ਨਾਲ ਲੱਗੇ ਹੋਏ ਨੇ, ਉਹਨਾਂ ਦੀ ਟੀਮ ਵੀ ਪੰਜਾਬ ਦੇ ਹਰ ਕੋਨੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਸਰ ਜੀ ਇਹ ਗੱਲ ਨਾ ਤੁਸੀਂ ਵੀ ਸੁਣ ਰਹੇ ਆ, ਔਰ ਜਿੰਨੇ ਕੁ ਲੋਕ ਆਪਣੇ
ਵੀ ਮਦਦ ਜਿੱਥੇ ਪਹੁੰਚਣੀ ਪਹੁੰਚ ਨਹੀਂ ਰਹੀ ਜੀ। ਮੈਂ ਇਹ ਨਹੀਂ ਕਹਿੰਦੇ 100% ਨਹੀਂ ਪਹੁੰਚ ਰਹੀ, 50-60% ਪਹੁੰਚ ਰਹੀ ਆ, ਪਰ 30-40% ਹਜੇ ਵੀ ਬੈਠੇ ਆ ਲੋਕ। ਪਰ ਮੋਦੀ ਸਾਹਿਬ ਨੇ ਤਾਂ ਬਹੁਤ ਸਾਰੇ ਪੈਸੇ ਅਨਾਉਂਸ ਵੀ ਕਰ ਦਿੱਤੇ ਨੇ ਸਰ ਜੀ। ਉਹ ਪੈਸੇ ਇੱਕ ਦਿਨ ਨਾ ਮੈਂ ਤੁਹਾਡਾ ਦੇਖ ਰਿਹਾ ਸੀ ਚੈਨਲ ਤੇ, ਆ ਮਕਬੂਲ ਸਾਹਿਬ ਉਹਨਾਂ ਦੀ ਇੰਟਰਵਿਊ ਦੇਖ ਰਿਹਾ ਸੀ, ਇਹਨਾਂ ਨੇ ਕੋਈ ਗੱਲ ਕਹੀ ਸੀ ਵੀ ਪੈਸਾ ਨਾ ਉਹ ਘਰ ਘਰ ਵਿੱਚ ਪਹੁੰਚਣਾ ਚਾਹੀਦਾ, ਜਿੱਦਾਂ ਇੱਥੇ ਆ, ਇੱਥੇ ਇਹ ਨਹੀਂ ਕੋਈ ਰਾਸ਼ਨ ਦੇਣ ਆਇਆ, ਵੀਡੀਓ ਬਣਾਈ ਉਹ ਪਾਤੀ, ਹਰ ਇੱਕ ਬੰਦੇ ਦਾ ਪਤਾ ਵਾ ਸਰਕਾਰ ਨੇ ਉਹ ਬਣਾਏ ਆਪਣੇ ਕਿਹੜੇ ਕਾਰਡ ਬਣਾਏ ਆ, ਆਧਾਰ ਕਾਰਡ ਨਾ ਜੀ। ਕੀ ਮੋਦੀ ਨੂੰ ਨਹੀਂ ਪਤਾ, ਮੋਦੀ ਸਾਹਿਬ ਨੂੰ ਨਹੀਂ ਪਤਾ ਵੀ ਆ ਮੇਰੀ ਕਿੰਨੀ ਆਵਾਮ ਆ, ਹਰ ਇੱਕ ਕੋਲ ਆਧਾਰ ਕਾਰਡ ਆ ਜੀ ਬਿਲਕੁਲ। ਕਿੰਨਾ ਕੁ ਚਿਰ ਪੈਸੇ ਪਾਉਣੇ, ਕਿਤੇ 1-2 ਮਹੀਨੇ ਦੀ ਗੱਲ ਹੈ, 1-2 ਮਹੀਨੇ ਇਕੱਲੇ ਇਕੱਲੇ ਦੇ ਅਕਾਊਂਟ ਵਿੱਚ ਪੈਸੇ, ਅਜੇ ਗੱਲ ਖਤਮ। ਬਿਲਕੁਲ, ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ, ਔਰ ਤੁਹਾਡਾ ਇਹ ਮੈਸੇਜ ਰਵੀ ਕੁਮਾਰ ਜੀ ਸਰਕਾਰ ਤੱਕ ਪਹੁੰਚ ਗਿਆ। ਚਲੋ ਵਧੀਆ ਜੀ, ਮਿਹਰਬਾਨੀ ਜੀ ਤੁਹਾਡੀ ਬਹੁਤ। ਸੋ ਦੋਸਤੋ, ਮੈਂ ਦੱਸਣਾ ਚਾਹੁੰਦਾ ਜਰਮਨ ਤੋਂ ਰਵੀ ਕੁਮਾਰ ਜੀ ਸਾਡੇ ਨਾਲ ਜੁੜੇ ਸਨ, ਉਹਨਾਂ ਦੀ ਜ਼ੁਬਾਨ 'ਚੋਂ ਤੁਸੀਂ ਸੁਣਿਆ ਕਿ ਉੱਥੇ ਦੀਆਂ ਸਰਕਾਰਾਂ ਕਿਸ ਤਰ੍ਹਾਂ ਆਵਾਮ ਦੇ ਨਾਲ ਚੱਲ ਰਹੀਆਂ ਨੇ। 6 ਮਹੀਨੇ ਤੋਂ ਰਵੀ ਜੀ ਘਰ ਬੈਠੇ ਹੋਏ ਨੇ, ਲੇਕਿਨ ਰਵੀ ਨੂੰ ਆਪਣੇ ਪਰਿਵਾਰ ਦਾ ਫਿਕਰ ਨਹੀਂ ਹੈ, ਰਵੀ ਔਰ ਉਸਦੇ ਪਰਿਵਾਰ ਦੀ ਜਿਹੜੀ ਚਿੰਤਾ ਹੈ ਜਰਮਨ ਦੀ ਸਰਕਾਰ ਨੂੰ ਚਿੰਤਾ ਹੈ। ਔਰ ਦੂਸਰੇ ਪਾਸੇ ਰਵੀ ਕੁਮਾਰ ਨੇ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਇੱਥੇ ਦੇ ਲੋਕ ਜਿਹੜੇ ਕਾਨੂੰਨਾਂ ਨੂੰ ਫੋਲੋ ਕਰਦੇ ਆ, ਕਿਉਂਕਿ ਉਹਨਾਂ ਨੂੰ ਉੱਥੇ ਦੀ ਸਰਕਾਰ 'ਤੇ ਭਰੋਸਾ ਹੈ। ਔਰ ਉਹਨਾਂ ਨੇ ਸੰਦੇਸ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਮਤਲਬ ਸਰਕਾਰ 'ਤੇ ਭਰੋਸਾ ਰੱਖਣਾ ਚਾਹੀਦਾ ਹੈ, ਔਰ ਸਰਕਾਰ ਨੂੰ ਵੀ ਆਪਣੇ ਭਰੋਸੇ 'ਤੇ ਪੂਰੀ ਤਰ੍ਹਾਂ ਕਾਇਮ ਹੀ ਰਹਿਣਾ ਚਾਹੀਦਾ ਹੈ। ਆਹ ਦੇਖ ਲਓ ਤੁਸੀਂ ਬਾਹਰ, ਇੱਕ ਗੱਲ ਦੇਖੋ ਜੀ, ਤੁਸੀਂ ਇਹ ਫਲੈਟ ਦੇਖੋ ਸਾਰੇ, ਮੈਂ ਇੱਥੇ ਰਹਿੰਦਾ ਵਾਂ, ਦੇਖੋ। ਅਤੇ ਹੁਣ ਕੋਈ 10 ਜਾਂ 11 ਦਾ ਟਾਈਮ ਹੋਣਾ, ਕੋਈ ਦਿਸ ਰਿਹਾ ਕੋਈ ਬਾਹਰ? ਅਤੇ ਆਹ ਦੇਖੋ ਤੁਸੀਂ, ਇਹ ਬਣੇ ਹੋਏ ਪਾਰਕ ਨਾ, ਜਿੱਦਾਂ ਹਰ ਮੁਹੱਲੇ ਵਿੱਚ ਹੁੰਦੇ ਆ ਪਾਰਕ ਬਣੇ, ਬੱਚਿਆਂ ਦੇ ਖੇਡਣ ਲਈ, ਆਪਣੇ ਵੱਡਿਆਂ ਲਈ ਬੈਠਣ ਉੱਠਣ ਲਈ। ਆਹ ਦੇਖੋ, 12-13 ਦਿਨ ਪਹਿਲਾਂ ਇਹਨਾਂ ਨੇ ਇੱਥੇ ਇਹ ਬੰਨੀਆਂ ਸੀ ਰੱਸੀਆਂ, ਹੈ ਨਾ, ਇਹੀ ਰੱਸੀਆਂ ਆਪਣੇ ਬੰਨੀਆਂ ਹੁੰਦੀਆਂ, ਸੋਚੋ ਜ਼ਰਾ। ਇਹਦੀ ਗਲਤੀ ਕੱਢੀ ਹੈ ਹੁਣ ਇਹਦੇ ਵਿੱਚ, ਆਹ ਵੀ ਦੇਖ ਲਓ ਜੀ, ਕਹਿੰਦੇ ਨਾ ਇੱਥੇ ਮੀਟ ਦੀ ਕਮੀ ਹੋ ਗਈ, ਇਹ ਦੇਖ ਲਓ ਤੁਸੀਂ। ਆਹ ਦੇਖੋ ਫਿਰ ਕਿੱਦਾਂ ਇਹਨਾਂ ਮੁਲਕਾਂ ਨੂੰ ਮਾਰੇ ਗਈ, ਆਹ ਦੇਖ ਲਓ। ਇਹ ਵਾ ਜੀ ਉਹ ਮੋਲ ਜਿੱਥੋਂ ਸਾਰਾ ਸਮਾਨ ਮਿਲਦਾ, ਦੇਖ ਲਓ। ਹੋਰ ਇੰਨੇ ਕੁ ਲੋਕ ਆ ਇੱਥੇ ਦੇਖ ਲਓ ਜੀ, ਹੋਰ ਤੁਹਾਨੂੰ ਬਾਹਰਲੀ ਵੀਡੀਓ ਵੀ ਪਾਉਣਾ, ਕੋਈ ਨਹੀਂ ਰੋਕਦਾ।
ਲੋਕੀ ਖੁਦ ਹੀ ਇੰਨੇ ਕੁ ਸਮਝਦਾਰ ਆ। ਆਹ ਦੇਖੋ ਜੀ, ਇੱਕ ਵਾਰੀ ਫਿਰ ਦੇਖ ਲਓ। ਇਸ ਤਰ੍ਹਾਂ ਲੋਕ ਪੈਸੇ ਦਿੰਦੇ ਆ। ਔਰ ਤੁਹਾਨੂੰ ਬਾਹਰ ਜਾ ਕੇ ਨਾ ਮੈਂ ਪਾਉਣਾ ਬਾਹਰਲੀ ਵੀਡੀਓ, ਇਹ ਅੰਦਰ ਲਈ ਦੇਖ ਲਓ। ਸੋ ਦੋਸਤੋ, ਅਸੀਂ ਤਾਂ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕਹਾਂਗੇ ਕਿ ਇਹ ਚੰਦ ਕੁ ਦਿਨ ਰਹਿ ਗਏ ਨੇ, ਆਪਾਂ ਔਖੇ ਸੌਖੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ। ਔਰ ਸਰਕਾਰ ਵੀ ਜਿੰਨੇ ਜੋਗੀ ਹੈ ਉਹ ਕਰ ਰਹੀ ਹੈ, ਐਸੀ ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਕੁਛ ਲੋਕ ਅਜਿਹੇ ਨੇ ਜੋ ਅਜੇ ਵੀ ਸਰਕਾਰ ਦੀ ਮਦਦ ਤੋਂ ਵਾਂਝੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਵਾਂਝੇ ਲੋਕਾਂ ਨੂੰ ਜਿਨ੍ਹਾਂ ਤੱਕ ਅਜੇ ਤੱਕ ਮਦਦ ਨਹੀਂ ਪਹੁੰਚੀ, ਉਹਨਾਂ ਤੱਕ ਪਹੁੰਚ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਔਰ ਸਾਰੇ ਮਿਲ ਕੇ ਆਪਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ, ਇਸ ਬਿਪਤਾ ਦੀ ਘੜੀ ਦੇ ਵਿੱਚੋਂ ਜੇਕਰ ਸਾਨੂੰ ਕੋਈ ਕੱਢ ਸਕਦਾ ਹੈ ਤਾਂ ਸਿਰਫ ਤੂੰ ਹੀ ਕੱਢ ਸਕਦਾ ਹੈ, ਸਿਰਫ ਤੂੰ ਹੀ ਕੱਢ ਸਕਦਾ ਹੈ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।